ਬੇਨਤੀ ਕਰਦਾ ਸਾਰੇ ਮਹੱਲਾ ਵਾਸੀਆਂ ਨੂੰ ਵੀ ਆਪਦੇ ਆਪਦੇ ਰਿਸ਼ਤੇਦਾਰਾਂ ਨੂੰ ਫੋਨਾਂ ਤੇ ਕਹਿ ਦੋ ਵੀ ਭਾਈ ਉਰੇ ਸੰਗਰੂਰ ਨਾ ਆਇਓ, ਕਿਉਂਕਿ ਪਾਣੀ ਦੇ ਟੈਂਕਰ ਮੁੱਲ ਆ ਰਹੇ ਨੇਗੇ। ਇਸ ਕਰਕੇ ਬੇਨਤੀ ਹੈ ਜੀ ਵੀ ਮੁਹੱਲੇ ਦੇ ਵਿੱਚ ਜਿਹੜੇ ਵੀ ਆਪਣੇ ਹੈਗੇ ਨੇ ਮਾਤਾ ਭੈਣਾਂ ਕੋਈ ਵੀ, ਉਹਨਾਂ ਨੂੰ ਬੇਨਤੀ ਹੈ ਜੀ ਆਪਦੇ ਆਪਦੇ ਰਿਸ਼ਤੇਦਾਰਾਂ ਨੂੰ ਮਨ੍ਹਾ ਕਰ ਦਿਓ ਵੀ ਸਾਡੇ ਪਾਣੀ ਨਹੀਂ ਆਉਂਦਾ ਜੀ। ਇਸ ਕਰਕੇ ਤੁਸੀਂ ਉਰੇ ਸਾਡੇ ਕੋਈ ਵੀ ਰਿਸ਼ਤੇਦਾਰ ਨਾ ਆਇਓ, ਕਿਉਂਕਿ ਜੇ ਤੁਸੀਂ ਆ ਗਏ ਨਾ ਤੁਹਾਡੇ ਲਈ ਨਹਾਉਣ ਲਈ ਪਾਣੀ ਹੋਣਾ ਸਾਡੇ ਲਵੇ, ਨਾ ਕੱਪੜੇ ਧੋਣ ਲਈ, ਨਾ ਤੁਹਾਨੂੰ ਚਾਹ ਪਾਣੀ ਦੇਣ ਲਈ, ਅਸੀਂ ਤਾਂ ਜਿਹੜੀ ਭੁੱਖ ਧਿਆ ਕੱਟ ਰਹੇ ਹਾਂ। ਅਤੇ ਬੇਨਤੀ ਹੈ ਜੀ ਮਾਤਾ ਜੀ ਰਿਸ਼ਤੇਦਾਰਾਂ ਨੂੰ ਮਨ੍ਹਾ ਕਰ ਦਿਓ, ਕੋਈ ਨਾ ਬੁਲਾਇਓ, ਠੀਕ ਹੈ ਜੀ। ਸਾਡੀ ਤਾਂ ਇਹੀ ਬੇਨਤੀ ਹੈ ਵੀ ਰਿਸ਼ਤੇਦਾਰ ਕੋਈ ਨਾ ਆਵੇ ਵੀਰੇ, ਗਰਮੀਆਂ ਤਾਂ ਜਮੀ ਨਾ ਆਵੇ, ਸੰਗਰੂਰ ਤਾਂ ਜਮੀ ਨਾ ਆਵੇ, ਇਹੀ ਬੇਨਤੀ ਹੈ ਜੀ। ਪੰਜ ਪਾਣੀਆਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਦੇ ਵਿੱਚ ਲਗਾਤਾਰ ਪੀਣ ਵਾਲੇ ਪਾਣੀ ਦੀ ਕਿੱਲਤ ਹੋ ਰਹੀ ਹੈ। ਤਸਵੀਰਾਂ ਤੁਹਾਨੂੰ ਸੰਗਰੂਰ ਦੀਆਂ ਦਿਖਾਉਂਦੇ ਹਾਂ, ਜਿੱਥੇ ਕਿ ਦਿੱਲੀ ਦੇ ਵਾਂਗੂ ਹੁਣ ਪਾਣੀ ਦੀ ਕਮੀ ਆ ਅਤੇ ਟੈਂਕਰਾਂ ਦੇ ਰਾਹੀਂ ਲੋਕਾਂ ਨੂੰ ਪੀਣ ਦਾ ਪਾਣੀ ਦਿੱਤਾ ਜਾ ਰਿਹਾ। ਤਸਵੀਰਾਂ ਦੇਖ ਸਕਦੇ ਹੋ ਸੰਗਰੂਰ ਦੀ, ਅਜੀਤ ਨਗਰ ਮੁਹੱਲੇ ਦਾ ਦੇ ਵਿੱਚ ਅਸੀਂ ਇਸ ਵਕਤ ਖੜ੍ਹੇ ਹਾਂ, ਸੰਗਰੂਰ ਦਾ ਅਜੀਤ ਨਗਰ ਮੁਹੱਲਾ, ਜਿੱਥੇ ਕਿ ਪੀਣ ਵਾਲਾ ਪਾਣੀ ਲੋਕਾਂ ਨੂੰ ਨਹੀਂ ਮਿਲ ਰਿਹਾ। ਟੈਂਕਰ ਆਉਂਦਾ ਅਤੇ ਟੈਂਕਰ ਮੰਗਵਾ ਕੇ ਲੋਕ ਆਪਣੇ ਪੈਸਿਆਂ ਦਾ ਟੈਂਕਰ ਮੰਗਵਾ ਕੇ ਜਿਹੜੇ ਲੋਕ ਨੇ ਉਹ ਪੀਣ ਵਾਲਾ ਪਾਣੀ ਲੈ ਰਹੇ ਨੇ। ਤਾਂ ਤਸਵੀਰ ਇਹ ਤੁਹਾਨੂੰ ਸੰਗਰੂਰ ਦੀ ਦਿਖ ਰਿਹਾ, ਪੰਜ ਪਾਣੀਆਂ ਦੀ ਧਰਤੀ ਪੰਜਾਬ ਦਾ ਜ਼ਿਲ੍ਹਾ ਸੰਗਰੂਰ, ਜਿੱਥੇ ਕਿ ਹੁਣ ਪੀਣ ਵਾਲੇ ਪਾਣੀ ਦੀ ਕਿੱਲਤ ਹੋਣੀ ਸ਼ੁਰੂ ਹੋ ਗਈ ਹੈ, ਲਗਾਤਾਰ ਡਾਰਕ ਜ਼ੋਨ ਦੇ ਵਿੱਚ ਜਾ ਰਿਹਾ ਸੰਗਰੂਰ। ਤਾਂ ਹਾਲਾਤ ਇੱਦਾਂ ਦੇ ਹੋ ਗਏ ਨੇ ਕਿ ਗਰਮੀਆਂ ਦੇ ਵਿੱਚ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਨਹਾਉਣਾ ਤਾਂ ਬਹੁਤ ਜ਼ਿਆਦਾ ਦੂਰ, ਲੋਕ ਕਹਿ ਰਹੇ ਨੇ ਕਿ ਸਾਨੂੰ ਸਾਡੇ ਪੀਣ ਦੇ ਲਈ ਪਾਣੀ ਬਹੁਤ ਮੁਸ਼ਕਿਲ ਨਾਲ ਮਿਲਦਾ। ਬਾਈ ਜੀ ਕੀ ਨਾਮ ਆ ਤੁਹਾਡਾ, ਕਿੰਨੀ ਕੁ ਦਿੱਕਤ ਆ ਰਹੀ ਹੈ ਜੀ? ਮੇਰਾ ਨਾਮ ਅਵਤਾਰ ਸਿੰਘ ਤਾਰਾ ਜੀ। ਦਿੱਕਤ ਬਹੁਤ ਆ ਰਹੀ ਹੈ ਜੀ, ਖਾਸ ਕਰਕੇ ਪਾਣੀ ਬੰਨਿਓ, ਕਿਉਂਕਿ ਜਿਹੜਾ ਪੀਣ ਵਾਲਾ ਪਾਣੀ ਹੈਗਾ ਉਹ ਟੂਟੀਆਂ ਵਿੱਚ ਆ ਨਹੀਂ ਰਿਹਾ, ਟੂਟੀਆਂ ਹੈਗੀਆਂ ਨੇ ਪਰ ਪਾਣੀ ਨਹੀਂ ਆ ਰਿਹਾ ਹੈਗਾ। ਇਹ ਦਿੱਕਤ 2-4 ਦਿਨਾਂ ਤੋਂ ਨਹੀਂ ਹੈਗੀ, ਕਾਫੀ ਲੰਬੇ ਸਮੇਂ ਤੋਂ ਆ, ਪਰ ਕਦੇ ਕਦੇ ਇੱਕ ਟਾਈਮ ਪਾਣੀ ਆ ਜਾਂਦਾ ਸੀ ਪਹਿਲਾਂ, ਹੁਣ ਤਾਂ ਕਈ ਦਿਨ ਹੋ ਗਏ ਪਾਣੀ ਵੀ ਨਹੀਂ ਆ ਰਿਹਾ। ਜਦੋਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈਗੀ, ਪੁੱਛਿਆ ਗਾ ਤਾਂ ਉਹ ਕਹਿੰਦੇ ਜੀ ਜਿਹੜਾ ਹੈਗਾ ਗਾ ਇਹ ਮੋਟਰਾਂ ਖਰਾਬ ਨੇ 3, ਜਿਨ੍ਹਾਂ ਦੇ ਵਿੱਚੋਂ ਇੱਕ ਅੱਜ ਕਿਲਾ ਮਾਰਕੀਟ ਦੇ ਵਿੱਚ ਮੋਟਰ ਠੀਕ ਹੋਈ ਆ, ਪਰ ਜਿਹੜੇ ਸਾਡੇ ਮੁਹੱਲਿਆਂ ਦੇ ਵਿੱਚ ਪਾਣੀ ਆ ਉਹ ਚੜ੍ਹ ਨਹੀਂ ਰਿਹਾ ਹੈਗਾ, ਕਿਉਂਕਿ ਸ਼ਹਿਰ ਦਾ ਸਾਰਾ ਪਾਣੀ ਜੁਆਇੰਟ ਹੈਗਾ। ਜੁਆਇੰਟ ਹੋਣ ਕਰਕੇ ਤਾਂ ਹੈ ਨਹੀਂ ਗਾ ਵੀ ਜੇ ਸਾਡੇ ਮੁਹੱਲੇ ਦੀ ਮੋਟਰ ਖਰਾਬ ਹੋ ਗਈ ਤਾਂ ਇਕੱਲਾ ਸਾਡਾ ਮੁਹੱਲਾ ਹੀ ਪ੍ਰਭਾਵਿਤ ਹੋਊਗਾ, ਇਹਦੇ ਨਾਲ ਕਈ ਮੁਹੱਲੇ ਹੋਰ ਪ੍ਰਭਾਵਿਤ ਹੋ ਰਹੇ ਨੇ। ਗਰਮੀਆਂ ਹੁਣ ਤਾਂ ਪਾਣੀ ਤੋਂ ਬਿਨਾਂ ਕਹਿੰਦੇ ਇੱਕ ਤੁਪਕਾ ਨਹੀਂ ਸਰਦਾ, ਤਾਂ ਤੁਹਾਨੂੰ ਇੰਨੀ ਜ਼ਰੂਰਤ ਆ, ਤਾਂ ਹੁਣ ਇਹ ਟੈਂਕਰ ਕਿੱਥੋਂ ਲੈ ਕੇ ਰਹੇ ਹੋ, ਕੀ ਰੇਟ ਲੈ ਕੇ ਰਹੇ ਹੋ? ਦੇਖੋ ਜੀ ਜਿਹੜੇ ਟੈਂਕਰ ਆ ਰਹੇ ਨੇਗੇ 1000 ਰੁਪਏ ਦਾ ਟੈਂਕਰ ਆ ਰਿਹਾ ਜੀ ਪਾਣੀ ਦਾ, ਇਹ ਮੇਰੇ ਸਮਾਜ ਸੇਵੀ ਵੀਰ ਨੇਗੇ, ਉਹਨਾਂ ਦੀ ਹੈਲਪ ਲੈਂਦੇ ਹਾਂਗੇ ਅਸੀਂ, ਘਰਾਂ ਦੇ ਵਿੱਚ ਮੁਹੱਲੇ ਮੁਹੱਲੇ ਦੇ ਵਿੱਚ ਜਾ ਕੇ ਗਲੀਆਂ ਦੇ ਵਿੱਚ ਜਾ ਕੇ ਟੈਂਕਰ ਲਿਜਾ ਕੇ ਉਹਨਾਂ ਦੀ ਪਾਣੀ ਦੀ ਜਿਹੜੀ ਕਮੀ ਹੈਗੀ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਜਿੱਥੇ ਤੱਕ ਦੇਖਿਆ ਜਾਵੇ ਸਰਕਾਰ ਆ ਗਈ ਤਾਂ 2.5 ਸਾਲ ਹੋ ਗਏ ਸਰਕਾਰ ਬਣੀ ਨੂੰ, ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀਗੇ 0 ਗਰਾਊਂਡ 'ਤੇ ਕੋਈ ਕੰਮ ਨਹੀਂ ਹੋਇਆ ਹੈਗਾ। ਜਿਹੜੇ ਜੀ ਤੁਹਾਡਾ ਕੀ ਨਾਮ? ਮੈਨੂੰ ਗੁਰਮੀਤ ਕੌਰ ਹੈ ਜੀ। ਗੁਰਮੀਤ ਜੀ, ਅੱਤਾਂ ਦੀ ਗਰਮੀ ਪੈ ਰਹੀ ਆ, ਸੂਰਜ ਪੂਰਾ ਤਪਸ਼ ਛੱਡ ਰਿਹਾ, ਪੀਣ ਵਾਲਾ ਪਾਣੀ ਤੁਹਾਨੂੰ ਮਿਲ ਨਹੀਂ ਰਿਹਾ? ਨਾ ਪਾਣੀ ਮਿਲਦਾ ਨਹੀਂ, ਪਹਿਲਾਂ ਦਿਹਾੜੀ ਕਰਕੇ ਆਇਆ, ਅੱਜ ਤੱਕ ਪਾਣੀ ਨਾ ਘੋਲਣਾ ਲਾਇਆ, ਮੈਨੂੰ ਚਾਹ ਨੂੰ ਪਾਣੀ ਵੀ ਨਹੀਂ ਮਿਲਿਆ ਹੈਗਾ। ਪੁੱਤ ਬਹੁਤ ਜ਼ਿਆਦਾ ਔਖੇ ਹੋਏ ਪਿਆਂਗੇ ਅਸੀਂ ਪਾਣੀ ਕਰਨੀ ਹੋ ਗਏ, ਬੁਰਾ ਹਾਲ ਹੋਇਆ ਪਿਆ, ਨਹਾਉਣਾ ਧੋਣਾ ਤਾਂ ਦੂਰ ਗਿਆ, ਸਮਝ ਗੱਲ ਆ ਕੇ ਮੈਂ ਕੰਮ ਤੋਂ ਆਹੀ ਕੰਮ ਤੋਂ ਅੱਗੇ ਪਾਣੀ ਦੇਖਿਆ ਪਾਣੀ ਹੈ ਨਾ, ਘਰਾਂ 'ਚ ਨਹਾਉਣ ਜੋਗਾ ਪਾਣੀ ਵੀ ਆਪਾਂ ਨਹਾਉਣ ਜੋਗਰਾ ਪਾਣੀ ਵੀ ਨਹੀਂ ਹੈਗਾ, ਬਹੁਤ ਬੁਰਾ ਹਾਲ ਹੋ ਰਿਹਾ ਹੈਗਾ। ਅੱਜ 5-6 ਦਿਨਾਂ ਦੀ ਗੱਲ ਹੋ ਰਹੀ ਹੈਗੀ, 5-6 ਦਿਨ ਹੋ ਗਏ ਨਾ ਇਹ ਨਹੀਂ। ਹਾਂ ਅੱਜ ਮਾੜਾ ਜਿਹਾ ਪਾਣੀ ਪਿਆ ਸੀਗਾ, ਉਦੋਂ ਮਾੜਾ ਜਿਹਾ ਪੰਡਾ ਛਿੜਕ ਕੇ ਤਾਂ ਮੈਂ ਕੰਮ 'ਤੇ ਵੱਗ ਗਈ। ਪਰ ਬੱਚਿਆਂ ਨੂੰ ਕਿੰਨੀ ਕੁ ਦਿੱਕਤ ਆਉਂਦੀ ਹੈ? ਤੁਸੀਂ ਚਲੋ ਆਪਾਂ ਤਾਂ ਵੱਡੇ ਐਡਜਸਟ ਕਰ ਲੈਣੇ, ਬਟ ਬੱਚਿਆਂ ਨੂੰ ਕਿੰਨੀ ਕੁ ਦਿੱਕਤ? ਬਾਹਲੀ ਆਉਂਦੀ ਹੋਊਗੀ ਜੀ, ਜਦੋਂ ਬਜ਼ੁਰਗਾਂ ਨੂੰ ਆਉਂਦੀ ਹੈਗੀ, ਬਜ਼ੁਰਗਾਂ ਨੂੰ ਕਹਿੰਦੇ ਕਿਤੇ ਬੰਦੇ 2-2 ਵਾਰੀ ਨਹਾਉਣਾ, 3-3 ਵਾਰੀ ਨਹਾਉਣਾ, ਆ ਕੇ ਫਿਰ ਪਾਣੀ ਦੇ ਥੱਲੇ ਵੜਨਾ, ਹੈਂ ਕੰਮ ਕਰਕੇ ਦਿਹਾੜੀ ਕਰਕੇ ਆਉਣਾਂਗੇ ਪਹਿਲਾਂ। ਗਰਮੀਆਂ 'ਚ ਇਹੀ ਦਿੱਕਤ ਆਉਂਦੀ ਹੈ? ਆਏ ਸਾਲ ਇਹੀ ਆਉਂਦੀ ਦਿੱਕਤ, ਉਰੇ ਆਏ ਸਾਲ ਇੱਥੇ ਆਉਂਦੀ ਹੈਗੀ ਦਿੱਕਤ। ਆਪਾਂ ਤਾਂ ਪਾਣੀ ਕਹਿੰਦੇ ਆਪਣੇ ਕੋਲ ਬਥੇਰਾ ਪਾਣੀ ਹੈ, ਪਰ ਹੁਣ ਹਾਲਾਤ ਇਹ ਹੋ ਰਹੇ ਨੇ। ਹਾਂ ਹੁਣ ਹਾਲਾਤ ਬਹੁਤ ਹੋ ਰਹੇ ਨੇਗੇ।
ਬਹੁਤ ਬੁਰੇ ਹੋ ਰਹੇ। ਤੁਹਾਡਾ ਕੀ ਨਾਮ ਹੈ? ਮਮਤਾ। ਮਮਤਾ ਜੀ, ਤੁਸੀਂ ਦੱਸ ਰਹੇ ਸੀ, ਕਹਿੰਦੇ ਵੀ ਸਾਡੇ ਹਰ ਸਾਲ ਇਹ ਹਾਲਾਤ ਬਣਦੇ ਨੇ। ਇਹ ਹਾਲਾਤ ਨੇ ਵੀਰ ਜੀ, ਉਰੇ ਤਾਂ 3 ਦਿਨ ਹੋ ਗਏ ਪਾਣੀ ਨਹੀਂ ਹੈ। ਪੀਣ ਨੂੰ ਵੀ ਭਰ ਕੇ ਲਾਉਂਦੇ, ਕੋਈ 1 ਬਾਲਟੀ ਦੇ ਦਿੰਦਾ, 2 ਪਰਿਵਾਰ ਹੈ ਸੁੱਖ ਨਾਲ, ਉਹ ਵੀ ਪੂਰਤੀ ਨਹੀਂ ਪੈਂਦਾ। ਨਾਲੇ ਮਸ਼ੀਨ ਕੱਪੜਿਆਂ ਦੀ ਭਰੀ ਪਈ ਹੈ, ਜਵਾਕਾਂ ਨਾਲ ਕੱਪੜੇ ਵੀ ਨਹੀਂ ਹੈ ਪਾਣ ਨੂੰ, ਧੋਤੇ ਹੋਏ ਸਾਰੇ ਐਂ ਪਏ ਨੇ ਕੱਪੜੇ। ਤੋਂ ਜੋਗਾ ਪਾਣੀ ਹੈ ਨਹੀਂ, ਨਹਾਏ ਵੀ ਨਹੀਂ, 2 ਦਿਨ ਹੋ ਗਏ ਅੱਜ ਨਹਾਏ ਵੀ ਨਹੀਂ। ਪੈਂਦੇ ਤਾਂ ਨੀਂਦ ਕਿੱਥੇ ਆਊਗੀ ਜੇ ਬੰਦਾ ਗਰਮੀ ਨਾਲ ਮਰਿਆ ਜਾ ਰਿਹਾ। ਤਾਂ 1000 ਰੁਪਏ ਦਾ ਤੁਸੀਂ ਟੈਂਕਰ ਲੈ ਕੇ ਆਓ, ਇਹ ਰੋਜ਼ ਅਗਰ 1000 ਰੁਪਏ ਦਾ ਆਊਗਾ ਫਿਰ ਤੁਹਾਡੇ ਖਰਚੇ ਕਿਵੇਂ ਚੱਲਣਗੇ? ਕਿਵੇਂ ਚੱਲਣਗੇ ਖਰਚੇ? ਕਿੱਥੇ ਚੱਲਣਗੇ? ਜਦੋਂ ਤੱਕ ਪੈਸੇ ਨੇ ਕਰਾਈ ਜਾ ਰਹੇ ਨੇ, ਫਿਰ ਤਾਂ ਮਰਨਗੇ ਭੁੱਖੇ ਪਿਆਸੇ। ਹੋਰ ਕੀ ਹੀਲਾ ਹੋਊਗਾ? ਬੱਚਿਆਂ ਨੂੰ ਕੱਪੜੇ ਨਹੀਂ ਦਿਵਾ ਰਹੇ, ਪਾਣੀ ਦਾ ਹੀਲਾ ਕਰ ਰਹੇ ਆ। ਇਹ ਸਕੂਲ ਜਾ ਰਹੇ ਆ ਬੱਚੇ, ਹੁਣ ਤਾਂ ਜਾ ਨਹੀਂ ਰਹੇ, ਚਲੋ ਹੁਣ ਜਾਣਗੇ ਫਿਰ ਕਿਵੇਂ ਜਾਣਗੇ ਜਵਾਕ ਸਕੂਲ? ਬਹੁਤ ਦਿੱਕਤ ਹੈ ਵੀਰ ਜੀ ਪਾਣੀ ਦੀ, 1 ਦਿਨ ਦੀ ਨਹੀਂ ਹੈ, ਐਂ ਰਹੂਗੀ ਗਰਮੀ, ਵਰ ਸਾਰੀ ਗਰਮੀ ਐਂ ਰਹੂਗੀ। ਇਹ ਇੱਦਾਂ ਤਾਂ ਫਿਰ ਦਿੱਕਤ ਬਹੁਤ ਜ਼ਿਆਦਾ, ਕਿਉਂਕਿ ਪਾਣੀ ਤੋਂ ਬਿਨਾਂ ਤਾਂ ਗਰਮੀ 'ਚ ਕੁਛ ਵੀ ਨਹੀਂ ਹੁੰਦਾ। ਹੱਥਾਂ ਦੀ ਗਰਮੀ ਪੈ ਰਹੀ ਹੈ, ਹੱਥਾਂ ਦੀ ਗਰਮੀ, ਇੰਨੀ ਗਰਮੀ ਹੈ ਕਿ ਮਰਨ ਜੋਗਰਾ ਹੋ ਰਿਹਾ ਬੰਦਾ। ਪਾਣੀ ਨਹਾਉਣ ਨੂੰ ਨਹੀਂ ਹੈਗਾ, ਪੀਣ ਨੂੰ ਨਹੀਂ ਹੈਗਾ, ਕਰੀਏ ਕੀ? ਅਸੀਂ ਤਾਂ ਰੋਟੀ ਵੀ ਨਹੀਂ ਖਾ ਰਹੇ ਪਾਣੀ ਕਰਕੇ, ਇੱਕ ਰੋਟੀ ਖਾਵਾਂਗੇ ਫਿਰ ਪਾਣੀ ਚਾਹੀਦਾ। ਤੁਸੀਂ ਗੱਲਬਾਤ ਨਹੀਂ ਕੀਤੀ ਪ੍ਰਸ਼ਾਸਨ ਦੇ ਨਾਲ ਕਿਸੇ ਹੋਰ ਨਾਲ, ਤਾਂ ਪ੍ਰਸ਼ਾਸਨ ਨੇ ਕੀ ਕਿਹਾ ਤੁਹਾਨੂੰ ਇਹ ਦਿੱਕਤ ਦਾ ਹੱਲ ਕੀ ਕਿਹਾ ਉਹਨਾਂ ਨੇ? ਹੱਲ ਤਾਂ ਜੀ ਹਲੇ ਕੁਛ ਨਹੀਂ ਹੋ ਸਕਦਾ। ਇੱਕ ਟੈਂਪਰੇਲੀ ਜ਼ਾਬਤਾ ਕੀਤਾ ਜਾਂਦਾ ਗਾ ਵੀ ਕਹਿੰਦੇ ਅਸੀਂ ਮੋਟਰਾਂ ਛੱਡ ਰਹੇ ਹਾਂ, ਟਾਈਮ ਵੱਧ ਛੱਡ ਰਹੇ ਹਾਂ ਕਿ ਪਾਣੀ ਦੀ ਸਪਲਾਈ ਵਧਾ ਰਹੇ ਹਾਂ। ਪਾਣੀ ਦੀ ਸਪਲਾਈ ਵਧਾਉਣ ਨਾਲ ਕੀ ਹੋਊਗਾ? ਜਦ ਪਾਣੀ ਹੀ ਨਹੀਂ ਆ ਰਿਹਾ ਹੈਗਾ ਮੋਟਰਾਂ ਦੇ ਵਿੱਚ, ਤਾਂ ਪਾਣੀ ਦੀ ਸਪਲਾਈ ਵਧਾਉਣ ਨਾਲ ਕੀ ਹੋਊਗਾ? ਹੁਣ ਜਿੱਥੇ ਜਿਹੜੇ CM ਦਾ CM ਸਿਟੀ ਹੋਵੇ, ਉਹ ਸ਼ਹਿਰ ਦੇ ਵਿੱਚ ਪੀਣ ਵਾਲਾ ਪਾਣੀ ਸਾਡੇ ਮੁੱਲ ਆਵੇ ਟੈਂਕਰਾਂ ਦਾ। ਇੱਕ ਪਾਸੇ ਤਾਂ ਭਗਵੰਤ ਮਾਨ ਜੀ ਕਹਿੰਦੇ ਨੇ ਵੀ ਖੇਤਾਂ ਨੂੰ, ਨਾਲਿਆਂ ਨੂੰ, ਖੇਤਾਂ ਦੇ ਵਿੱਚ ਜਿਹੜਾ ਪਾਣੀ ਹੈਗਾ ਨਹਿਰੀ ਪਾਣੀ ਮਿਲੂਗਾ, ਖੇਤਾਂ ਨੂੰ ਨਹਿਰੀ ਪਾਣੀ ਮਿਲ ਰਿਹਾ ਪਰ ਸਾਡੀ ਟੂਟੀਆਂ ਵਿੱਚ ਪਾਣੀ ਨਹੀਂ ਆ ਰਿਹਾ। ਕੀ ਅਸੀਂ ਇਨਸਾਨ ਨਹੀਂ? ਹੱਥਾਂ ਦੀ ਗਰਮੀ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕੀ ਨਾਮ ਹੈ ਮੈਡਮ ਤੁਹਾਡਾ? ਰੀਚਾ ਜੀ। ਰੀਚਾ ਜੀ, ਕਿਵੇਂ ਦੇਖਦੇ ਹੋ ਤੁਹਾਡੇ ਟੈਂਕਰ ਆਇਆ ਤੇ ਸਾਰੇ ਲੋਕ ਬਾਲਟੀਆਂ ਲੈ ਕੇ ਬਾਹਰ ਭੱਜੇ ਆਏ ਨੇ? ਪਾਣੀ ਦੇ ਔਖੇ ਹੋ ਰਿਹਾ ਜੀ, ਸਵੇਰ ਦੇ ਕਿਉਂ, ਅਸੀਂ 3 ਦਿਨ ਹੋ ਗਏ ਪਾਣੀ ਪਿੱਛੇ, ਇੰਨੇ ਔਖੇ ਹੋ ਰਿਹਾ। ਹਾਰ ਕੇ ਅੰਕਲ ਨੂੰ ਕਿਹਾ, ਤਾਰ ਅੰਕਲ ਨੂੰ ਵੀ ਪਾਣੀ ਦਾ ਸਾਨੂੰ ਹੱਲ ਕਰਕੇ ਦਿਓ। ਉਹ ਵੀ ਵਿਚਾਰੇ ਸਾਨੂੰ ਸਵੇਰ ਦੇ ਫੋਨ ਕਰੇ ਵੀ ਤੁਹਾਡੇ ਪਾਣੀ ਆ ਗਿਆ ਕਿ ਨਹੀਂ ਆ ਗਿਆ। ਜਿਹੜੇ ਤਾਂ ਭਰ ਲਿਆ, ਜਿਨ੍ਹਾਂ ਨੇ ਲਿਆ ਕੇ ਦੇਖੋ, ਉਹ ਵੀ ਦੁਬਾਰਾ ਭਰ ਰਹੇ ਨੇ। ਠੀਕ ਹੈ, ਇਹ ਨਹੀਂ ਹੈਗਾ ਕਿ ਕਿਸੇ ਦੀ ਹੈਲਪ ਕਰਦੇ ਨਹੀਂ, 1 ਅੱਧੀ ਬਾਲਟੀ ਦੇ ਤਾਂ ਕੋਈ ਇੱਥੇ ਕਿਸੇ ਨੂੰ ਪਾਣੀ ਦੇ ਕੇ ਰਾਜ਼ੀ ਨਹੀਂ ਹੈਗਾ। ਪਾਣੀ ਪਿੱਛੇ ਤੁਹਾਨੂੰ ਲੱਗਦਾ ਵੀ ਲੜਾਈ ਹੁੰਦੀ ਹੈ ਪਾਣੀ ਦੀ? ਇਹੋ ਜਿਹੀ ਕਿੱਲਤ ਹੋਣ ਲੱਗ ਗਈ ਬਹੁਤ, ਆਏ ਸਾਲ ਹੀ ਹੁੰਦੀ ਹੈ ਜੀ ਆਏ ਸਾਲ, ਕੋਈ ਪਾਣੀ ਸੁਣ ਹੀ ਨਹੀਂ ਰਿਹਾ ਵੀ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਵੀ ਇੱਥੇ ਆਉਣ ਗੱਲ ਕਰਨ, ਕੋਈ ਵੀ ਨਹੀਂ ਸੁਣ ਰਿਹਾ। ਤਾਂ ਅੰਕਲ ਨੇ ਵਿਚਾਰੇ ਜਿਹਨਾਂ ਨੇ ਸਾਡੀ ਹੈਲਪ ਕੀਤੀ, ਇਹਨਾਂ ਨੇ ਪਾਣੀ ਦਾ ਟੈਂਕ ਮੰਗਾ ਕੇ ਦਿੱਤਾ ਵੀ ਚਲੋ ਤੁਸੀਂ ਭਰੋ। ਹੁਣ ਹਾਲਾਤ ਕਿਵੇਂ ਲੱਗਦੇ ਨੇ? ਹਜੇ ਤਾਂ ਜੂਨ ਚੱਲ ਰਿਹਾ, ਅੱਗੇ ਜੁਲਾਈ, ਅਗਸਤ, ਸਪਤੰਬਰ। ਸਰ ਰਾਜਸਥਾਨ ਉਰੇ ਬਣ ਰਿਹਾ, ਹਾਲਾਤ ਕੀ ਦਿਖ ਰਹੇ? ਰਾਜਸਥਾਨ ਬਣ ਹੀ ਗਿਆ, ਬਣਨਾ ਗਿਆ, ਬਣ ਹੀ ਗਿਆ। ਕਿੰਨਾ ਟਾਈਮ ਅਸੀਂ ਟੈਂਕ ਮੰਗਾਵਾਂਗੇ, ਆਪਣੇ ਘਰ 'ਚ ਪਾਣੀ ਭਰਾਂਗੇ? ਇਹ ਵੀ ਦੱਸੋ, ਛੋਟੇ ਛੋਟੇ ਬੱਚੇ ਨੇ, ਕੰਮ ਕਾਰ ਕਰਾਂਗੇ ਕਿ ਪਾਣੀ ਭਰਾਂਗੇ? ਨਾ ਕੋਈ ਕੰਮ ਹੋ ਰਿਹਾ ਸਾਡੇ ਤੋਂ, ਹਜੇ ਤਾਂ ਬੱਚੇ ਦੀ ਛੁੱਟੀ ਚਲੋ ਸਰ ਹੀ ਜਾਂਦਾ, ਜੇ ਬੱਚੇ ਸਕੂਲ ਖੁੱਲ੍ਹ ਕੇ ਫਿਰ ਕੀ ਕਰਾਂਗੇ? ਤਾਂ ਸੰਗਰੂਰ ਸ਼ਹਿਰ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਅਜੀਤ ਨਗਰ ਮੁਹੱਲਾ ਹੈਗਾ, 5 ਪਾਣੀਆਂ ਦੀ ਧਰਤੀ, ਪੰਜਾਬ ਦਾ ਸ਼ਹਿਰ ਜਿਹੜਾ ਰਾਜਸਥਾਨ ਬਣਨ ਦੇ ਕਿਨਾਰੇ ਆ। ਕਿਉਂਕਿ ਗਰਮੀਆਂ ਦੇ ਵਿੱਚ ਹੀ ਜਿਵੇਂ ਜਿਹੜੇ ਇਲਾਕਾ ਨਿਵਾਸੀ ਨੇ ਕਿ ਹਰ ਗਰਮੀਆਂ ਦੇ ਵਿੱਚ ਜਿਹੜੇ ਇੱਦਾਂ ਦੇ ਹਾਲਾਤ ਨੇ ਪੈਦਾ ਹੁੰਦੇ ਨੇ, ਜਦੋਂ ਟੈਂਕਰ ਆਉਂਦਾ ਤਾਂ ਲੋਕ ਪਾਣੀ ਪਿੱਛੇ ਲੜਦੇ ਨੇ, ਕਿਉਂਕਿ ਕਿਤੇ ਨਾ ਕਿਤੇ ਜਿਹੜਾ ਪਾਣੀ ਆ ਉਹ ਇੰਨਾ ਕੁ ਕੀਮਤੀ ਇਹਨਾਂ ਲੋਕਾਂ ਪਿੱਛੇ ਬਣ ਚੁੱਕਿਆ। ਜਿਵੇਂ ਦੱਸ ਰਹੇ ਨੇ ਕਿ 4-4, 5-5 ਦਿਨ ਹੋ ਚੁੱਕੇ ਨੇ, ਨਹਾਉਣ ਨੂੰ ਪਾਣੀ ਨਹੀਂ, ਕੱਪੜਿਆਂ ਦੀਆਂ ਵਾਸ਼ਿੰਗ ਮਸ਼ੀਨਾਂ ਭਰੀਆਂ ਪਈਆਂ ਨੇ। 1000 ਰੁਪਇਆ ਦੇ ਕੇ ਜਿਹੜਾ ਇਹ ਟੈਂਕਰ ਆ ਇਹ ਮੰਗਵਾਇਆ ਜਾ ਰਿਹਾ, ਅਤੇ ਪਾਣੀ ਦੀ ਕਿੱਲਤ ਦਾ ਕਿਤੇ ਨਾ ਕਿਤੇ ਸਾਹਮਣਾ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਜਾ ਰਹੀ ਆ। ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰ ਰਹੇ ਹਾਂ, ਪਰ ਕਦੋਂ ਜਾ ਕੇ ਇਹਨਾਂ ਦੇ ਘਰਾਂ ਦੇ ਵਿੱਚ, ਇਹਨਾਂ ਦੇ ਟੈਂਕੀਆਂ ਦੇ ਵਿੱਚ ਪਾਣੀ ਆਊਗਾ, ਇਹ ਇੱਕ ਵੱਡਾ ਸਵਾਲ ਸੰਗਰੂਰ ਪ੍ਰਸ਼ਾਸਨ ਨੂੰ ਆ।